ਤੇ ਹੁਣ ਗੱਲ ਕਰਦੇ ਆ ਅੱਜ ਤੋਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਨਸੂਨ ਜਿਹੜਾ ਉਹ ਐਕਟਿਵ ਹੋਣ ਦੇ ਅਸਾਰ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਦਿੱਲੀ ਦੇ ਵਿੱਚ ਅੱਜ ਸਵੇਰ ਤੋਂ ਜਿਹੜਾ ਉਹ ਬਾਰਿਸ਼ ਪੈ ਰਹੀ ਹੈ ਮੀਂਹ ਪੈ ਰਿਹਾ ਸੋ ਹਿਮਾਚਲ ਪ੍ਰਦੇਸ਼ ਤੇ ਪੱਛਮੀ ਮਾਲਵੇ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਆ ਪਰ ਇਹ ਮੀਂਹ ਕੁਝ ਜ਼ਿਲ੍ਹਿਆਂ ਤੱਕ ਹੀ ਸੀਮਿਤ ਰਹਿਣ ਦੇ ਵੀ ਅਸਾਰ ਦੱਸੇ ਜਾ ਰਹੇ ਨੇ ਅਨੁਮਾਨ ਹੈ ਕਿ 12 ਤਰੀਕ ਨੂੰ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਸੋ ਬੀਤੇ ਕੱਲ ਅੰਮ੍ਰਿਤਸਰ ਦੇ ਵਿੱਚ 20 ਮੀਂਹ ਪਿਆ ਜਦੋਂ ਕਿ ਪੰਜਾਬ ਦਾ ਬਾਕੀ ਹਿੱਸਾ ਸੁੱਕਾ ਰਿਹਾ ਤੇ ਸੂਬੇ ਦੇ ਔਸਤ ਤਾਪਮਾਨ ਦੇ ਵਿੱਚ 0.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਸੋ ਮੌਸਮ ਜਿਹੜਾ ਹੈ ਉਹ ਪਿਛਲੇ ਦਿਨਾਂ ਦੇ ਵਿੱਚ ਕਾਫੀ ਬਦਲਿਆ بارش ਕਈ ਥਾਵਾਂ ਦੇ ਉੱਪਰ ਹੋਈ ਹੈ ਤੇ ਹੁਣ ਵੀ بارش ਹੋਣ ਦੇ ਅਨੁਮਾਨ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਕਿ ਇਹ بارش ਜਿਹੜੀ ਹੈ ਹੋਏਗੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੋਈ ਨਜ਼ਰ ਆਏਗੀ ਸੋ 0.6 ਡਿਗਰੀ ਤਾਪਮਾਨ ਜਿਹੜਾ ਵਧਿਆ ਹੈ ਹੀਟ ਵੇਵ ਤਾਂ ਖੈਰ ਹੁਣ ਦੇਖਣ ਨੂੰ ਨਹੀਂ ਮਿਲ ਰਹੀ ਹੈ ਕਿਉਂਕਿ بارش ਕਈ ਥਾਵਾਂ ਦੇ ਉੱਪਰ ਉੱਤਰ ਭਾਰਤ ਦੇ ਵਿੱਚ ਜੋ ਮੌਨਸੂਨ ਦੇ ਸਰਗਰਮ ਹੋਣ ਦੇ ਨਾਲ ਹੋਈ ਹੈ ਤਾ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਆ ਤੇ ਜੋ ਮੌਨਸੂਨ ਸੀਜ਼ਨ ਦੇ ਜੋ ਪਕਵਾਨ ਨੇ ਜੋ ਲੋਕ ਉਹ ਨਾ ਦਾ ਵੀ ਲੁਤਫ ਉਠਾ ਰਹੇ ਨੇ ਖਾਸ ਤੌਰ ਤੇ ਜਦੋਂ ਗਰਮੀ ਜਿਹੜੀ ਆ ਵਾਧੀ ਆ ਹੀਟ ਵੇਵ ਜਦੋਂ ਚਲਦੀਆਂ ਨੇ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਨ੍ਹਾਂ ਦੇ ਉੱਪਰ ਵੀ ਵਜਨ ਹੀਟ ਵੇਵ ਦਾ ਪੈਂਦਾ ਹੈ ਖਾਸ ਤੌਰ ਤੇ ਇਲੈਕਟ੍ਰਿਸਿਟੀ ਦੀ ਖਪਤ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਔਰ ਜਿਸ ਤੇ ਵਿੱਚ ਫਿਰ ਉਸ ਦੀ ਪੂਰਤੀ ਕਰਨਾ ਕਿਉਂਕਿ ਉਹੀ ਸਮਾਂ ਹੁੰਦਾ ਜਦੋਂ ਝੋਨੇ ਦੀ ਬਿਜਾਈ ਵੀ ਹੁੰਦੀ ਹੈ ਤੇ ਉਹੀ ਸਮਾਂ ਹੁੰਦਾ ਜਦੋਂ ਹੀਟ ਵੇਵ ਚੱਲ ਰਹੀ ਹੁੰਦੀ ਹੈ ਤੇ ਲੋਕਾਂ ਦੇ ਘਰਾਂ ਦੇ ਵਿੱਚ ਏਸੀ ਵੀ ਵੱਡੇ ਪੱਧਰ ਦੇ ਉੱਪਰ ਜਿਹੜੇ ਚੱਲ ਰਹੇ ਹੁੰਦੇ ਆ ਤਾਂ ਬਿਜਲੀ ਦੀ ਖਪਤ ਜਿਹੜੀ ਆ ਉਹ ਜ਼ਿਆਦਾ ਹੋ ਜਾਂਦੀ ਹੈ ਇਸ ਤੋਂ ਇਲਾਵਾ ਪਾਣੀ ਦੀ ਖਪਤ ਜਿਹੜੀ ਆ ਉਸ ਦੇ ਦੌਰਾਨ ਜਿਹੜੀ ਹੁੰਦੀ ਹੈ ਪਰ ਜਿਉਂ ਹੀ ਫਿਰ ਮੌਨਸੂਨ ਸਰਗਰਮ ਹੁੰਦਾ ਹੈ ਮੌਨਸੂਨ ਜਿਹੜਾ ਜੋ ਕਿ ਜੋ ਦੱਖਣੀ ਭਾਰਤ ਤੋਂ ਸ਼ੁਰੂ ਹੁੰਦਾ ਹੋਇਆ ਜੋ ਸੈਂਟਰਲ ਇੰਡੀਆ ਤੋਂ ਹੋ ਕੇ ਫਿਰ ਨਾਰਦਰਨ ਇੰਡੀਆ ਉੱਤਰ ਭਾਰਤ ਦੇ ਵਿੱਚ ਸਰਗਰਮ ਸਭ ਤੋਂ ਲਾਸਟ ਦੇ ਵਿੱਚ ਹੁੰਦਾ ਹੈ ਪੰਜਾਬ ਹਰਿਆਣਾ ਹਿਮਾਚਲ ਸੋ ਸਾਡੇ ਨਾਲ ਇਸ ਵੇਲੇ ਮੇਰੇ ਸਹਿਯੋਗੀ ਹਰਮੀਤ ਅੰਮ੍ਰਿਤਸਰ ਤੋਂ ਤੇ ਰਾਹੁਲ ਚਾਵਲਾ ਧਰਮਸ਼ਾਲਾ ਤੋਂ ਹਿਮਾਚਲ ਦੇ ਉਹ ਜੁੜੇ ਹੋਏ ਨੇ ਉਹਨਾਂ ਤੋਂ ਜਾਣ ਲੈਣੇ ਆ ਕਿ ਇਹਨਾਂ ਦੋਨਾਂ ਥਾਵਾਂ ਦੇ ਉੱਪਰ ਮੌਸਮ ਇਸ ਵੇਲੇ ਕੀ ਕੁਝ ਕਹਿ ਰਿਹਾ ਸਭ ਤੋਂ ਪਹਿਲਾਂ ਰੁਕ ਕਰਦੇ ਆ ਹਰਮੀਤ ਦਾ ਹਰਮੀਤ ਗੁਰੂ ਨਗਰੀ ਦੇ ਵਿੱਚ ਇਸ ਵੇਲੇ ਮੌਸਮ ਦਾ ਕੀ ਕੁਝ ਰੁਖ ਹੈ ਬਾਰਿਸ਼ ਬਹੁਤ ਸਾਰੇ ਥਾਵਾਂ ਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ ਮੌਸਮ ਵਿਭਾਗ ਅੰਮ੍ਰਿਤਸਰ ਨੂੰ ਲੈ ਕੇ ਕੀ ਕੁਝ ਭਵਿੱਖਬਾਣੀ ਕਰ ਰਿਹਾ ਹੈ ਬਲਦੀਪ ਬੀਤੇ ਕੱਲ ਅੰਮ੍ਰਿਤਸਰ ਦੇ ਵਿੱਚ ਪਾਰੀ ਬਰਸਾਤ ਹੋਈ ਹੈ ਜੰਮ ਕੇ ਬਰਸਾਤ ਹੋਈ ਹੈ ਔਰ ਦੱਸ ਦਈਏ ਕਿ ਬਰਸਾਤ ਹੋਣ ਤੋਂ ਬਾਅਦ ਨਾਲ ਹੀ ਧੋਪਾਂ ਣ ਕਰਕੇ ਹਮਸ ਹੋਈ ਹੈ ਪਰ ਫੇਰ ਬਰਸਾਤ ਜੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਮਤਲਬ ਕੱਲ ਦਾ ਦਿਨ ਪੂਰਾ ਬਰਸਾਤ ਨਾਲ ਰਿਹਾ ਔਰ ਇਸ ਬਰਸਾਤ ਦੇ ਕਰਕੇ ਪ੍ਰਸ਼ਾਸਨ ਦੀ ਪੋਲ ਵੀ ਖੁੱਲੀ ਹੈ ਲਗਾਤਾਰ ਪ੍ਰਸ਼ਾਸਨ ਦਾਅਵੇ ਕਰਦੇ ਰਹੇ ਕਿ ਸਾਡੇ ਵੱਲੋਂ ਪੂਰੀ ਤਿਆਰੀ ਹੈ ਪਰ ਬਾਜ਼ਾਰਾ ਸੜਕਾਂ ਗਲੀਆਂ ਹਰਮੰਦਰ ਸਾਹਿਬ ਦੇ ਆਸ-ਪਾਸ ਜਾਨੂ ਜੋਰ ਤੇ ਸਾਰਾ ਪਾਣੀ ਜਮਾ ਹੋ ਜਾਂਦਾ ਹੈ ਸੋ ਅਕਸਰ ਇਸ ਨੂੰ ਲੈ ਕੇ ਕਈ ਵਾਰੀ ਸ਼ਿਕਾਇਤਾਂ ਐਸਪੀਸੀ ਵੱਲੋਂ ਰਕੀਆਂ ਨੇ ਪਰ ਕੋਈ ਹੱਲ ਨਹੀਂ ਹੋਇਆ ਹਾਲਾਂਕਿ ਅੱਜ ਦੀ ਗੱਲ ਕਰੀਏ ਅੱਜ ਵਸਤੇ ਕੋਈ ਵੀ ਅਲਰਟ ਜਿਹੜਾ ਜਾਰੀ ਨਹੀਂ ਹੋਇਆ 12 ਤਰੀਕ ਯਾਨੀ ਕਿ ਕੱਲ ਨੂੰ ਪੰਜ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਜਿਸ ਦੀ ਭਾਰੀ ਬਰਸਾਤ ਹੋ ਸਕਦੀ ਹੈ ਔਰ ਹੁਣ ਗੱਲ ਕਰੀਏ ਤਾਂ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਬਟਾਲਾ ਇਨ੍ਹਾਂ ਸ਼ਹਿਰਾਂ ਦੇ ਵਿੱਚ ਜਿਹੜੀ ਹੈ yellow alert ਜਾਰੀ ਕਰ ਦਿੱਤਾ ਗਿਆ ਉਹ ਵੀ ਕੱਲ੍ਹ ਵਾਸਤੇ ਕਿ ਇੱਥੇ ਭਾਰੀ ਬਰਸਾਤ ਹੋ ਸਕਦੀ ਹੈ ਬਰਸਾਤ ਤੇ ਸਾਗੜੇ ਨੇ 25 ਤੋਂ 50% ਦੱਸੇ ਜਾ ਰਹੇ ਹੈ ਕਿ ਇੰਨੀ ਸੰਭਾਵਨਾ ਹੈਗੀ ਕਿ ਇਸ ਇੱਥੇ ਬਰਸਾਤ ਹੋਵੇਗੀ ਹਾਲਾਂਕਿ ਜਦੋਂ ਬਰਸਾਤ ਹੁੰਦੀ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਤੇ ਜ਼ਰੂਰ ਮਿਲਦੀ ਹੈ ਪਰ ਲੋਕ ਜਿਹੜੇ ਨੇ ਉਮਸ ਕਰਕੇ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਦੇ ਨੇ ਦੂਜੇ ਪਾਸੇ ਸੜਕਾਂ ਤੇ ਜਿਹੜੇ ਬੁਰੇ ਹਾਲ ਹੋ ਜਾਂਦੇ ਆ ਉਸ ਕਰਕੇ ਵੀ ਸਾਹਮਣਾ ਜਿਹੜਾ ਪ੍ਰੇਸ਼ਾਨੀ ਦਾ ਕਰਨਾ ਪੈਂਦਾ ਹੁਣ ਮੌਸਮ ਜਿਹੜਾ ਹੈ ਤਾਪਮਾਨ ਠੀਕ ਹੈ ਪਰ ਜੇ ਤਾਪਮਾਨ ਦੀ ਗੱਲ ਕਰੀ ਤਾਂ ਪਿਤੇ ਕੱਲ 0.6 ਜਿਹੜਾ ਪਰਸੈਂਟ ਹੈ ਉਹ ਤਾਪਮਾਨ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਹਾਲਾਂਕਿ ਜਦੋਂ ਪਿਛਲੇ ਸਮੇਂ ਦੀ ਬਰਸਾਤ ਦੀ ਗੱਲ ਕਰੀਏ ਤਾਂ ਉਦੋਂ ਲਗਾਤਾਰ ਟੈਂਪਰੇਚਰ ਜਿਹੜਾ ਟੱਕਾ ਟ ਰਿਹਾ ਸੀਗਾ ਹੁਣ ਇਸ ਵੇਲੇ ਜਿਵੇਂ ਮੌਸਮ ਵਿਭਾਗ ਨੇ 11 ਤੇ 12 ਨੂੰ ਅਲਰਟ ਜਾਰੀ ਕੀਤਾ ਸੀਗਾ ਕਿ ਬਾਰਿਸ਼ ਜਿਹੜੀ ਹੈ ਭਾਰੀ ਬਰਸਾਤ ਹੋ ਸਕਦੀ ਹੈ ਹਾਲਾਂਕਿ ਅੱਜ ਵਾਸਤੇ ਤਾਂ ਕੋਈ ਅਲਰਟ ਜਾਰੀ ਨਹੀਂ ਕੀਤਾ ਪਰ 12 ਵਾਸਤੇ ਜਿਹੜਾ yellow alert ਜਾਰੀ ਕਰ ਦਿੱਤਾ ਗਿਆ ਉਸ ਵਿੱਚ ਬਾਕੀ ਜਿਹੜੇ ਜ਼ਿਲ੍ਹੇ ਨੇ ਉੱਥੇ ਜਿਹੜਾ ਵੱਡੀ ਗਿਣਤੀ ਚ ਕਹਿ ਦਈਏ ਕਿ ਲੋਕ ਜਿਹੜੇ ਹਰਮੰਦਰ ਸਾਹਿਬ ਪਹੁੰਚਦੇ ਹੈ ਹਰਮੰਦਰ ਸਾਹਿਬ ਆ ਕੇ ਜਦੋਂ ਮੌਨਸੂਨ ਦੇ ਨਜ਼ਾਰੇ ਦੇਖਣ ਨੂੰ ਮਿਲਦੇ ਆ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਮ ਅੱਜ ਦਿਲ ਖਿੱਚਵੀਆਂ ਜਿਹੜੀਆਂ ਤਸਵੀਰਾਂ ਉਹ ਕੈਮਰੇ ਵਿੱਚ ਕੈਦ ਕਰਦੇ ਨੇ ਫੋਨਾਂ ਵਿੱਚ ਫੋਟੋ ਖਿੱਚਦੇ ਨੇ ਸੋ ਉਹ ਖੂਬਸੂਰਤ ਹੁੰਦੀਆਂ ਨੇ ਉਹ ਦਰਸ਼ਨ ਕਰਨ ਦਾ ਉਹ ਸਮਾਂ ਬਹੁਤ ਅਲੌਕਿਕ ਹੁੰਦਾ ਜਦੋਂ ਕਿ ਪ੍ਰਸਾਦ ਪੈਂਦੀ ਹੋਵੇ ਔਰ ਸਰੋਵਰ ਤੋਂ ਜਲ ਜਲ ਉਸ ਬਣ ਕੇ ਉੱਡਦਾ ਹੋਵੇ ਜਾਂ ਕਿਸੇ ਤਰੀਕੇ ਨਾਲ ਉਹ ਕੋਰੇ ਵਾਂਗ ਉੱਡਦਾ ਹੋਵੇ ਤਾਂ ਉਹ ਨਜ਼ਾਰਾ ਜਿਹੜਾ ਉਹ ਦੇਖਣ ਨੂੰ ਕਿਤੇ ਨਹੀਂ ਮਿਲਦਾ ਹਰਮੰਦਰ ਸਾਹਿਬ ਹੋਰ ਵੀ ਸੋਹਣਾ ਲੱਗਦਾ ਜਦੋਂ ਬਰਸਾਤ ਦੇ ਵਿੱਚ ਦਰਸ਼ਨ ਜਦੋਂ ਸੰਗਤਾਂ ਕਰਦੀਆਂ ਨੇ ਸੋ ਬਰਸਾਤ ਨੂੰ ਲੈ ਕੇ ਅਲਰਟ ਜਿਹੜਾ ਜਾਰੀ ਕੀਤਾ ਗਿਆ ਬਾਕੀ ਹੁਣ ਬਰਸਾਤ ਕਿੱਥੇ ਕਿੱਥੇ ਹੁੰਦੀ ਹੈ ਔਰ ਇਸ ਨਾਲ ਲੋਕਾਂ ਨੂੰ ਰਾਹਤ ਤੇ ਮਿਲਦੀ ਹੈ ਪਰ ਲੋਕ ਸੁਚੇਤ ਵੀ ਇਸੇ ਗੱਲ ਤੋਂ ਰਹਿੰਦੇ ਨੇ ਕਿ ਜੇ ਪ੍ਰਸਾਦ ਭਾਰੀ ਹੋ ਜਾਂਦੀ ਹੈ ਤਾਂ ਪਿਛਲੇ ਸਾਲ ਵਾਰ ਵਰਗਾ ਹਾਲ ਜਿਹੜਾ ਉਹ ਨਾ ਹੋ ਸਕੇ ਜੀ ਬਿਲਕੁਲ ਹਰਮੀਤ ਤੁਸੀਂ ਜ਼ਿਕਰ ਕੀਤਾ ਕਿ ਗੁਰੂ ਨਗਰੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਔਰ ਅੰਮ੍ਰਿਤਸਰ ਦਾ ਤਾਂ ਖੈਰ ਖਾਣਾ ਵੀ ਬਹੁਤ ਫੇਮਸ ਹੈ ਬਹੁਤ ਲਾਜ਼ੀਜ਼ ਖਾਣਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲਦਾ ਖਾਣ ਨੂੰ ਮਿਲਦਾ ਹੈ ਔਰ ਮੈਂ ਉਸੇ ਦੇ ਬਾਰੇ ਅੰਦਾਜ਼ਾ ਵੀ ਲਗਾ ਰਿਹਾ ਸੀ ਕਿ ਮੌਨਸੂਨ ਦਾ ਸੀਜ਼ਨ ਹੈ ਤੇ بارش ਪੈ ਰਹੀ ਹੈ ਤੇ ਲੋਕ ਖਾਣੇ ਦਾ ਵੀ ਲੋਥ ਜਿਹੜਾ ਮੌਨਸਨ ਦੇ ਸੀਜ਼ਨ ਦਾ ਉਹ ਉਠਾਰੇ ਹੋਣਗੇ। ਜੇ ਤੁਸੀਂ ਬਣੇ ਰਹੋ ਸਾਡੇ ਨਾਲ ਸਾਡੇ ਨਾਲ ਧਰਮਸ਼ਾਲਾ ਤੋਂ ਰਾਹੁਲ ਵੀ ਜੁੜ ਗਏ ਨੇ। ਉਹਨਾਂ ਤੋਂ ਜਾਣ ਲੈਣੇ ਕਿ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਇਸ ਵੇਲੇ ਉੱਥੇ ਤਾਪਮਨ ਜਾਂ ਮੌਸਮ ਜਿਹੜਾ ਕੀ ਕੁਝ ਕਹਿ ਰਿਹਾ ਹੈ। ਰਾਹੁਲ ਕਿਵੇਂ ਦਾ ਮੌਸਮ ਹੈ ਇਸ ਵੇਲੇ ਹਿਮਾਚਲ ਦੇ ਵਿੱਚ? ਜੀ ਦੇਖਿਏ ਮੈਂ ਹਿਮਾਚਲ ਪ੍ਰਦੇਸ਼ ਦੇ ਸਭ ਤੋਂ بڑے ਜਨਪਦ ਕਾਂਗੜਾ ਕੀ ਬਾਤ ਕਰੂ ਤੋ ਯਹਾਂ ਪੇ ਜੋ ਹੈ ਬੀਤੇ ਦਿਨ ਕੀ ਯਹਾਂ ਬਾਤ ਕਰੂ ਤੋ ਕਾਫੀ ਗਰਮੀ ਵਹਾਂ ਪੇ ਜੋ ਦੇਹਰਾ ਹੈ ਜਸੂਰ ਹੈ उसके साथ लगते परागपुर एरिया ऐसे हैं जहाँ पे बारिश पर ही जो लोग हैं वो डिपेंड रहते हैं काफी गर्मी वहां पे देखने को मिली थी और अभी की बात की जाए यहाँ धर्मशाला की तो 28 डिग्री जो टेम्परेचर है वो यहाँ पे अभी दर्ज किया गया है यहाँ पे लेकिन जो गर्मी है वो धीरे धीरे बढ़ना यहाँ पे शुरू हो चुकी है वहीं बात नदी नालों की की जाए तो जो जो नदी नालों का जो पानी का बहाव है वे भी यहाँ पे काफी कम हुआ है बरसात की बात करें तो दो दिन पहले यहाँ पे काफी तेज बारिश हुई थी जिस वजह से जो खड्डों का जलस्तर स्तर था वो बड़ा था लेकिन अभी की बात करें जो जल स्तर है वह काफी कम हुआ है यहाँ पे जो बाहरी राज्य से जो पर्यटक है वो धर्मशाला की ठंडी वादियों में आना यहाँ पे पसंद करते हैं पंजाब हो गया हरियाणा गुजरात यहाँ तक कि जो मुंबई से जो लोग हैं यहाँ पे आना पसंद करते हैं धर्मशाला में ठंडी वादियों में लेकिन जिस तरह से यहाँ गर्मी पड़ रही है कहीं ना कहीं जो पर्यटक है उनमें भी जो कमी है यहाँ पे देखना दर्ज हुई है जी ਜੀ ਜੀ ਬਿਲਕੁਲ ਬਿਲਕੁਲ ਸੋ ਬਹੁਤ ਸ਼ੁਕਰੀਆ ਦੋਨਾਂ ਦਾ ਸਾਡੇ ਨਾਲ ਜੁੜਨ ਦੇ ਲਈ ਅੰਮ੍ਰਿਤਸਰ ਤੋਂ ਹਰਮੀਤ ਔਰ ਰਾਹੁਲ ਚਾਵਲਾ ਧਰਮਸ਼ਾਲਾ ਤੋਂ ਜੁੜਨ ਲਈ ਬਹੁਤ ਸ਼ੁਕਰੀਆ ਸੋ ਕਈ ਥਾਵਾਂ ਦੇ ਉੱਪਰ ਜਿਹੜਾ ਉਹ بارش ਨੂੰ ਲੈ ਕੇ ਅਲਰਟ ਜਿਹੜਾ ਜਾਰੀ ਕੀਤਾ ਗਿਆ येलो ਅਲਰਟ ਜਿਹੜਾ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਨੂੰ ਲੈ ਕੇ ਔਰ ਦੇਖਣਾ ਹੋਏਗਾ ਕਿ ਖਾਸ ਤੌਰ ਤੇ 12 ਤਰੀਕ ਜਿਹੜੀ ਹੈ ਉਸ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਯਾਨੀ ਕਿ ਆਉਣ ਵਾਲੇ ਕੱਲ੍ਹ ਹੀ بارش ਦੇ ਅਸਾਰ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ